ਆਵਾਜ਼ੀ ਕੌਮ ਟੀਵੀ ਦੇ ਸਮੂਹ ਦਰਸ਼ਕਾਂ ਦਾ ਮੈਂ ਗਿਆਨੀ ਗੁਰਜੀਤ ਸਿੰਘ ਪ੍ਰੋਗਰਾਮ ਪੱਖਰ ਕਾ ਭੇਹੂ ਦੇ ਵਿੱਚ ਸਵਾਗਤ ਕਰਦਾ। ਸਾਰੀਆਂ ਸੰਗਤਾਂ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਆਵਾਜ਼ੀ ਕੌਮ ਟੀਵੀ ਦੇ ਵੱਲੋਂ ਗੁਰਬਾਣੀ ਦੇ ਪ੍ਰਸਾਰ ਵਾਸਤੇ ਵੱਖ ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਨੇ, ਬੜੀਆਂ ਥਾਵਾਂ ਤੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਲਾਈਵ ਪ੍ਰਸਾਰਣ ਕੀਤਾ ਜਾਂਦਾ, ਗੁਰਬਾਣੀ ਦੇ ਪਾਠ ਸੰਗਤਾਂ ਨੂੰ ਸਰਵਣ ਕਰਵਾਏ ਜਾਂਦੇ ਨੇ। ਉੱਥੇ ਇਹ ਵੀ ਉਪਰਾਲਾ ਕੀਤਾ ਗਿਆ ਕਿ ਸੰਗਤਾਂ ਨੂੰ ਗੁਰਬਾਣੀ ਦੇ ਅਰਥ ਭਾਵ, ਸ਼ਬਦਾਂ ਦੇ ਅਰਥ ਉਹ ਵੀ ਸਮਝਾਏ ਜਾਣ। ਪੜ੍ਹਦੇ ਮਨੁੱਖ ਆਪ ਵੀ ਲੈਂਦਾ, ਬੜੇ ਸਾਧਨ ਨੇ, ਸਕੂਲ ਕਾਲਜ ਯੂਨੀਵਰਸਿਟੀਆਂ ਨੇ ਜਿਨ੍ਹਾਂ ਤੋਂ ਮਨੁੱਖ ਪੜ੍ਹਾਈ ਕਰ ਲੈਂਦਾ, ਪਰ ਉਹਨੂੰ ਇਹ ਲੱਗਦਾ ਵੀ ਉਹ ਸ਼ਬਦਾਂ ਨੂੰ ਜਾਣਦਾ, ਦੁਹਰਾਉਂਦਾ ਸਾਰੀ ਜ਼ਿੰਦਗੀ, ਪਰ ਅੱਖਰ ਦਾ ਜਿਹੜਾ ਭੇਦ ਹੈ ਉਹ ਜਾਣਨਾ, ਅੱਖਰ ਦੀ ਗਹਿਰਾਈ ਦੇ ਵਿੱਚ ਉਤਰਨਾ, ਉਹ ਬੰਦੇ ਨੂੰ ਵਿਸਮਾਦ ਦੀ ਤਰਫ, ਅਸਚਰਜਤਾ ਦੀ ਤਰਫ ਲੈ ਕੇ ਜਾਂਦਾ। ਸਭ ਤੋਂ ਪਹਿਲਾਂ ਜਿਹੜੇ ਸ਼ਬਦ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਲੱਗੇ ਹਨ, ਉਹ ਸ਼ਬਦ ਜੋ ਗੁਰੂ ਸਾਹਿਬ ਨੇ ਬਹੁਤ ਵਰਤਿਆ, ਗੁਰਬਾਣੀ ਦੇ ਵਿੱਚ ਬਹੁਤ ਹੈ, ਅਤੇ ਅਸੀਂ ਆਮ ਹੀ ਲੋਕ ਭਾਸ਼ਾ ਦੇ ਵਿੱਚ ਇੱਕ ਦੂਸਰੇ ਨੂੰ ਬੋਲਦਿਆਂ ਵੀ ਕਹਿੰਦੇ ਹਾਂ ਭਾਈ। ਇਸੇ ਤਰ੍ਹਾਂ ਦੇ ਨਾਲ ਲਿਖਣ ਦੇ ਵਿੱਚ ਹੈ ਭਾਈ, ਆਮ ਲੋਕ ਭਾਸ਼ਾ ਦੇ ਵਿੱਚ ਵਰਤਿਆ ਜਾਣ ਵਾਲਾ ਸ਼ਬਦ ਹੈ ਭਾਈ। ਅਗਰ ਤੁਸੀਂ ਆਈ ਗ੍ਰੰਥ ਜੋ ਐਪ ਹੈ ਉਹਦੇ ਵਿੱਚ ਜਾ ਕੇ ਅਤੇ ਸਰਚ ਮਾਰੋਗੇ ਭਾਈ ਸ਼ਬਦ ਲਿਖ ਕੇ, ਅਤੇ ਤੁਹਾਨੂੰ ਗੁਰਬਾਣੀ ਦੇ ਵਿੱਚ 594 ਦੇ ਕਰੀਬ ਪੰਕਤੀਆਂ ਮਿਲਣਗੀਆਂ ਜਿਨ੍ਹਾਂ ਦੇ ਵਿੱਚ ਇਹ ਸ਼ਬਦ ਹੈ। ਫਿਰ ਗੁਰੂ ਸਾਹਿਬਾਨ ਉਹ ਇਹ ਸ਼ਬਦ ਵਰਤਦੇ ਹੈ ਭਾਈ ਮਰਦਾਨਾ, ਭਾਈ ਬਾਲਾ, ਭਾਈ ਮੰਝ, ਜਿੰਨੇ ਵੀ ਗੁਰਸਿੱਖਾਂ ਦੇ ਨਾਮ ਨੇ ਸਾਰਿਆਂ ਦੇ ਨਾਲ ਭਾਈ ਗੁਰਦਾਸ ਜੀ, ਭਾਈ ਮਤੀਦਾਸ, ਭਾਈ ਸਤੀਦਾਸ, ਸਾਰਿਆਂ ਦੇ ਨਾਲ ਇਹ ਸ਼ਬਦ ਲੱਗਿਆ ਮਿਲੇਗਾ। ਹੁਣ ਮਨੁੱਖ ਨੂੰ ਵੀ ਲੱਗਦਾ ਵੀ ਇਹ ਤਾਂ ਮੈਂ ਜਾਣਦਾ ਹੀ ਹੈ, ਮੇਰਾ ਭਰਾ ਵੀ ਹੈ, ਪਰ ਅਗਰ ਕੋਈ ਉਹਨੂੰ ਪੁੱਛੇ ਵੀ ਇਸੇ ਨੂੰ ਹੀ ਤੂੰ ਕਿਉਂ ਭਾਈ ਕਹਿਣਾ, ਬਾਕੀ ਵੀ ਬੜੇ ਨੇ, ਕਿਸੇ ਨੂੰ ਚਾਚੇ ਦਾ ਪੁੱਤ, ਤਾਏ ਦਾ ਪੁੱਤ, ਪਰ ਜਿਹੜਾ ਵਿਅਕਤੀ ਨਾਲ ਜੰਮਿਆ ਉਹਨੂੰ ਹੀ ਭਾਈ ਕਿਹਾ ਜਾਂਦਾ। ਇਹ ਸ਼ਬਦ ਦੋ ਸ਼ਬਦਾਂ ਦਾ ਜੋੜ ਹੈ, ਭੱਬਾ ਤੇ ਹੈਗਾ ਗਰਭ ਦਾ, ਗਰਭ ਤੋਂ ਭਾਈ ਹੈ ਭੱਬਾ, ਤੇ ਜਿਹੜਾ ਇਹ ਕੰਨੇ ਨੂੰ ਦੂਸਰਾ ਜਿਹੜਾ ਸ਼ਬਦ ਰਹਿ ਜਾਂਦਾ ਇਹ ਮਾਈ ਤੋਂ ਹੈ। ਵੀ ਇਹ ਉਹ ਵਿਅਕਤੀ ਹੈ ਜਿਹੜਾ ਮੇਰੇ ਨਾਲ ਜੰਮਿਆ, ਭਾਈ ਦਾ ਅਰਥ ਹੈ ਗਰਭ ਮਾਈ, ਵੀ ਇਹ ਉਹ ਵਿਅਕਤੀ ਹੈ ਜੋ ਜਿਹੜੇ ਗਰਭ ਦੇ ਵਿੱਚ ਮੈਂ ਰਿਹਾ ਮਾਤਾ ਦੇ, ਇਹ ਵੀ ਮਾਂ ਦੇ ਉਸੇ ਗਰਭ ਦੇ ਵਿੱਚ ਰਿਹਾ।
ਇਹ ਉਹ ਹੈ ਵੀ ਸਾਡੇ ਦੋਨਾਂ ਦੀ ਜਿਹੜੀ ਸਮਾਨਤਾਈ ਹੈ ਉਹ ਇਹ ਹੈ ਵੀ ਸਾਡੀ ਮਾਂ ਇੱਕ ਹੈ ਔਰ ਮਾਂ ਦਾ ਵੀ ਗਰਭ ਇੱਕ ਹੈ, ਇੱਕੋ ਗਰਭ ਦੇ ਵਿੱਚ ਇਹ ਵੀ ਰਿਹਾ ਮੈਂ ਵੀ ਰਿਹਾ। ਦੋ ਸ਼ਬਦਾਂ ਦੇ ਜੋੜ ਤੋਂ ਇਹ ਬਣਦਾ ਭਾਈ। ਇਸੇ ਵਾਸਤੇ ਗੁਰੂ ਸਾਹਿਬਾਨ ਭਾਈ ਵਰਤਦੇ ਨੇ ਵੀ ਸਾਰੇ ਪਰਮਾਤਮਾ ਦੇ ਇੱਕੋ ਆਪ ਹੀ ਪਰਮਾਤਮਾ ਮਾਂ, ਆਪੇ ਆਪ ਹੀ ਪਿਤਾ, ਆਪ ਹੀ ਮਾਤਾ, ਵੀ ਸਾਰੇ ਉਸੇ ਤੋਂ ਆ ਰਹੇ ਨੇ, ਸਾਰੇ ਮਨੁੱਖ ਬਰਾਬਰ ਨੇ, ਸਾਰਿਆਂ ਨੂੰ ਭਾਈ ਕਹਿਣਾ। ਆਮ ਸਮਾਜਿਕ ਤੌਰ ਤੇ ਅਸੀਂ ਭਾਈ ਉਹਨੂੰ ਕਹਿੰਦੇ ਹਾਂ ਵੀ ਜਿਹੜਾ ਜਿਹਦੇ ਨਾਲ ਸਾਡੀ ਮਾਤਾ ਦੇ ਗਰਭ ਦਾ ਸਾਂਝ ਹੋਵੇ। ਇਹ ਸ਼ਬਦ 594 ਵਾਰ ਗੁਰਬਾਣੀ ਦੇ ਵਿੱਚ ਹੈ, ਆਮ ਬੋਲੀ ਦੇ ਵਿੱਚ ਹੈ। ਫਿਰ ਇੱਕ ਅਸੀਂ ਦੂਸਰਾ ਸ਼ਬਦ ਵਰਤਦੇ ਹਾਂ ਭੈਣ, ਭੈਣ ਵੀ ਵਰਤਦੇ ਹਾਂ, ਭਾਈ ਵੀ ਵਰਤਦੇ ਹਾਂ ਤੇ ਭਰਾ ਵੀ ਵਰਤਦੇ ਹਾਂ। ਭਰਾ ਦਾ ਵੀ ਮਤਲਬ ਉਹੀ ਹੈ, ਭੱਬਾ ਤੇ ਗਰਭ ਦਾ ਹੀ ਹੈ। ਰਾਰਾ ਹੈਗਾ ਵੀ ਗਰਭ ਰਹਾ, ਜੇ ਭਰਾ ਨੂੰ ਤੁਸੀਂ ਦੇਖੋਗੇ ਤਾਂ ਉਹ ਸ਼ਬਦ ਬਣੇਗਾ ਗਰਭ ਦੇ ਵਿੱਚ ਰਹਾ, ਵੀ ਜਿਹੜੇ ਗਰਭ ਦੇ ਵਿੱਚ ਮੈਂ ਰਿਹਾ ਉਹਦੇ ਵਿੱਚ ਹੀ ਇਹ ਰਿਹਾ। ਇਹ ਭਰਾ ਸ਼ਬਦ, ਭਾਈ ਸ਼ਬਦ ਗਰਭ ਦੇ ਨਾਲ ਸੰਬੰਧਿਤ ਹੈ। ਫਿਰ ਦੂਸਰਾ ਆ ਜਾਂਦਾ ਭੈਣ, ਹੁਣ ਭਰਾ ਹੈ ਫਿਰ ਭੈਣ ਵੀ ਹੈ, ਰਹੀ ਉਹ ਵੀ ਗਰਭ ਦੇ ਵਿੱਚ ਹੈ, ਭੱਬਾ ਜਿਹੜਾ ਉਹ ਗਰਭ ਦਾ ਹੀ ਵੀ ਹੈ। ਇਹ ਉਹ ਇਸਤਰੀ ਹੈ ਜੋ ਜਿਹੜੇ ਗਰਭ ਦੇ ਵਿੱਚ ਮੈਂ ਰਿਹਾ ਉਸੇ ਦੇ ਵਿੱਚ ਹੀ ਇਹ ਰਹੀ ਹੈ ਮਾਤਾ ਦੇ ਗਰਭ ਦੇ ਵਿੱਚ। ਪਰ ਇਹਦੇ ਕੋਲੇ ਗਰਭ ਹੈ ਜਾਂ ਗਰਭ ਹੈ ਵੀ ਇਹ ਹੈਗੀ ਤੇ ਉਸੇ ਗਰਭ ਦੇ ਵਿੱਚ ਰਹਿਣ ਵਾਲੀ ਹੈ, ਪਰ ਇਹਦੇ ਕੋਲੇ ਗਰਭ ਵੀ ਹੈ, ਇਹਦੇ ਕੋਲੇ ਮਾਂ ਜੈਸਾ ਗਰਭ ਵੀ ਹੈ, ਤਾਂ ਕਰਕੇ ਇਸ ਨੂੰ ਭੈਣ ਆਖਿਆ ਜਾਂਦਾ ਹੈ, ਤਾਂ ਕਰਕੇ ਇਹ ਮੇਰੀ ਭੈਣ ਹੈ। ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਸ਼ਬਦਾਂ ਦੀ ਗਹਿਰਾਈ ਦੇ ਵਿੱਚ ਉਤਰਦੇ ਹਾਂ ਤੇ ਸਾਨੂੰ ਹਰੇਕ ਸ਼ਬਦ ਉਹ ਜਿਹੜੀ ਗਰਭ ਦੀ ਕਥਾ ਹੈ ਜਾਂ ਉਸ ਸਮੇਂ ਦੀ ਵੀ ਯਾਦ ਦਿਵਾਉਂਦਾ ਹੈ ਵੀ ਜਿਹੜਾ ਸਮਾਂ ਅਸੀਂ ਮਾਤਾ ਦੇ ਗਰਭ ਦੇ ਵਿੱਚ ਗੁਜ਼ਾਰਿਆ ਹੈ, 9 ਮਹੀਨਿਆਂ ਦੇ ਕਰੀਬ ਦਾ ਸਮਾਂ, ਉਹਦਾ ਵਾਰ ਵਾਰ ਭਗਤ ਜ਼ਿਕਰ ਕਰਦੇ ਨੇ ਵੀ ਉਹ ਸਮਾਂ ਤੂੰ ਚੇਤੇ ਕਰ ਜਦੋਂ ਮਾਂ ਦੇ ਗਰਭ ਦੇ ਵਿੱਚ ਤੂੰ ਉਲਟਾ ਲੰਘ ਗਿਆ ਸੀ। ਜੇ ਤੁਸੀਂ ਸ਼ਬਦਾਂ ਨੂੰ ਉਪਰੋਂ ਉਪਰੋਂ ਕੰਠ ਕਰੋਗੇ ਤੇ ਤੁਸੀਂ ਬੰਦੇ ਨੂੰ ਲੱਗਦਾ ਮੈਂ ਜਾਣਦਾ, ਜੇ ਸ਼ਬਦਾਂ ਦੀ ਗਹਿਰਾਈ ਦੇ ਵਿੱਚ ਉਤਰੇ ਫਿਰ ਬੰਦੇ ਨੂੰ ਪਤਾ ਚੱਲਦਾ, ਮਨੁੱਖ ਨੂੰ, ਸੁਣਨ ਵਾਲੇ ਨੂੰ, ਜਾਣਨ ਵਾਲੇ ਨੂੰ ਵੀ ਇਹ ਤੇ ਬੜਾ ਵੱਡਾ ਵਿਸਥਾਰ ਹੈ। ਆਪਣਾ ਉਹ ਦੁਖਦਾਈ ਸਮਾਂ ਵੀ ਯਾਦ ਆਉਂਦਾ, ਭਗਤ ਉਹਦਾ ਵਾਰ ਵਾਰ ਜ਼ਿਕਰ ਕਰਦੇ ਨੇ ਵੀ ਤੂੰ ਹੁਣ ਕਿਉਂ ਭੁੱਲ ਗਿਆ, ਉਹ ਸਮਾਂ ਵੀ ਸੀ ਤੂੰ ਜਦੋਂ ਮਾਂ ਦੇ ਗਰਭ ਦੇ ਵਿੱਚ ਉਲਟਾ ਲੰਘਿਆ ਸੀ। ਗੁਰੂ ਅਰਜਨ ਦੇਵ ਜੀ ਦੀਆਂ ਪੰਕਤੀਆਂ ਨੇ, ਮਾਤ ਗਰਭ ਅਸਥਾਪਨ ਸਾ ਸਾ ਸਿਮਰੰਤ ਨਾਨਕ ਮਹਾਂ ਅਗਰਨਾ ਵਿਨਾਸ਼ਨ, ਵੀ ਉਹ ਸਮਾਂ ਵੀ ਸੀ ਜਦੋਂ ਤੂੰ ਸਾਸ ਸਾਸ ਜਪਦਾ ਸੀ, ਉਹ ਇਸ ਸ਼ਬਦ ਦੇ ਵਿੱਚ ਉਤਰਨ ਦੇ ਕਰਕੇ ਪਤਾ ਚੱਲਦਾ। ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਸ਼ਬਦ ਨੇ ਗੁਰਬਾਣੀ ਦੇ, ਆਨੰਦ ਸਾਹਿਬ ਦੀ ਅਗਰ ਮਨੁੱਖ ਬਾਣੀ ਪੜ੍ਹੇ, ਜਿਹੜੇ ਨਿਤਨੇਮੀ ਗੁਰਸਿੱਖ ਨੇ 5 ਬਾਣੀਆਂ ਦਾ ਪਾਠ ਕਰਦੇ ਨੇ, ਸਮਾਪਤੀ ਦੇ ਵੇਲੇ 40 ਪੌੜੀਆਂ ਨੇ, ਜਦ ਮਨੁੱਖ ਪਹੁੰਚਦਾ ਹੈ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਵੀ ਗੁਰੂ ਦਾ ਉਪਦੇਸ਼ ਸੁਣਦਾ ਵੀ
ਐ ਮੇਰੇ ਨੇਤਰੋ ਤੁਹਾਡੇ ਵਿੱਚ ਜੋਤ ਧਰੀ ਹੈ, ਹਰੀ ਤੋਂ ਬਿਨਾਂ ਤੁਸੀਂ ਕੁਛ ਵੀ ਨਾ ਦੇਖੋ। ਹਰ ਬਿਨਾਂ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ, ਇਹੋ ਵੀ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਹੁਣ ਇਹ ਸ਼ਬਦ ਮਨੁੱਖ ਦਿਵ ਸ਼ਬਦ ਸੁਣਦਾ ਹੈ, ਦਿਵ ਦ੍ਰਿਸ਼ਟ। ਤਿੰਨ ਤਰ੍ਹਾਂ ਦੇ ਮਨੁੱਖ ਨੇ, ਇੱਕ ਤੇ ਨੇਤਰਹੀਣ ਮਨੁੱਖ ਨੇ ਜਿਨ੍ਹਾਂ ਨੂੰ ਆਪਾਂ ਅੰਨੇ ਵੀ ਕਹਿੰਦੇ ਹਾਂ, ਅੰਧਾ ਵੀ ਕਹਿੰਦੇ ਹਾਂ, ਵੀ ਜਿਨ੍ਹਾਂ ਨੂੰ ਕੁਛ ਵੀ ਦਿਖਾਈ ਨਹੀਂ ਦਿੰਦਾ। ਇੱਕ ਉਹ ਨੇ ਜਿਨ੍ਹਾਂ ਨੂੰ ਜਗਤ ਦਿਖਾਈ ਦਿੰਦਾ, ਇੱਕ ਉਹ ਨੇ ਜਿਨ੍ਹਾਂ ਦੀ ਦ੍ਰਿਸ਼ਟੀ ਦਿਵ ਦ੍ਰਿਸ਼ਟ ਹੋ ਗਈ ਹੈ। ਚਾਹੇ ਉਹ ਭਗਤ ਸੂਰਦਾਸ ਜੀ ਜੈਸੇ ਹੋਣ, ਨਿਗਾਹ ਦੇ ਦੋ ਹੀ ਪੈਮਾਨੇ ਨੇ, ਹੈਗੀ ਹੈ ਜਾਂ ਨਹੀਂ ਹੈਗੀ, ਪਰ ਇੱਕ ਜਿਨ੍ਹਾਂ 'ਤੇ ਕਿਰਪਾ ਵਾਪਰੀ ਹੈ ਦਿਵ ਦ੍ਰਿਸ਼ਟ। ਹੁਣ ਸੂਰਦਾਸ ਜੀ ਕੋਲੇ ਵੀ ਦਿਵ ਦ੍ਰਿਸ਼ਟੀ ਹੈ, ਚਾਹੇ ਅੱਖਾਂ ਦੇ ਨਾਲ ਉਹ ਨਹੀਂ ਦੇਖ ਸਕਦੇ, ਪਰ ਹੋਰਾਂ ਦੇ ਕੋਲੇ ਵੀ, ਜਿਹੜੇ ਭਗਤ ਨੇ ਕਬੀਰ ਜੀ ਦੇ ਕੋਲੇ ਵੀ ਦਿਵ ਦ੍ਰਿਸ਼ਟੀ ਹੈ। ਹੁਣ ਦਿਵ ਸ਼ਬਦ ਸੁਣ ਕੇ ਇਹਨੂੰ ਜੇ ਤੁਸੀਂ ਪ੍ਰੋਫੈਸਰ ਸਾਹਿਬ ਸਿੰਘ ਦੇ ਅਰਥ ਪੜ੍ਹੋਗੇ, ਸਾਰੀ ਗੁਰਬਾਣੀ ਦਾ ਉਹਨਾਂ ਨੇ ਸਪੀਕ ਕੀਤਾ, ਉਹ ਦਿਵ ਦ੍ਰਿਸ਼ਟੀ ਨੂੰ ਆਖਦੇ ਨੇ ਚਮਕੀਲੀ ਵਸਤੂ। ਦਿਵ ਦ੍ਰਿਸ਼ਟ ਉਹ ਦਿਵ ਦੇ ਅਰਥ ਕਰਦੇ ਨੇ ਚਮਕੀਲੀ, ਵੀ ਜੀ ਚਮਕੀਲੀ ਅੱਖਾਂ ਦੇ ਵਿੱਚ ਚਾਨਣ ਆ ਗਿਆ, ਚਮਕੀਲੀਆਂ ਹੋ ਗਈਆਂ। ਤੇ ਜੇ ਤੁਸੀਂ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖੋ, ਬੜੀ ਮਿਹਨਤ ਦੇ ਨਾਲ ਉਹਨਾਂ ਨੇ ਲਿਖਿਆ, ਕਈ ਸਾਲ ਲਗਾਏ ਨੇ, 12 ਸਾਲ 14 ਸਾਲ ਦੇ ਕਰੀਬ, ਤੇ ਉਹ ਇਹਦੇ ਅਰਥ ਕਰਦੇ ਨੇ ਵੀ ਗੁਪਤ ਅਸਥਾਨਾਂ ਨੂੰ ਦੇਖਣ ਵਾਲੀ ਨਿਗਾਹ ਬਣ ਜਾਣੀ, ਵੀ ਗੁਰੂ ਦੀ ਕਿਰਪਾ ਵਾਪਰ ਗਈ ਹੈ, ਗੁਪਤ ਅਸਥਾਨ ਦਿਖਾਈ ਦੇਣ ਲੱਗ ਪਏ। ਦੋਨੋਂ ਅਰਥ ਠੀਕ ਨੇ, ਪਰ ਗੁਰਬਾਣੀ ਦੇ ਅਨੁਸਾਰ ਜੋ ਗੁਰੂ ਸਾਹਿਬਾਨ ਨੇ ਅਰਥ ਕੀਤੇ ਨੇ ਉਹਨਾਂ ਦੇ ਨਾਲ ਮੇਲ ਨਹੀਂ ਖਾਂਦੇ। ਠੀਕ ਨੇ, ਗੁਪਤ ਕਹਿਣਾ ਚਮਕੀਲੀ ਕਹਿਣਾ ਦੋਨੋਂ ਹੀ ਮਹਾਨ ਨੇ, ਅਗਰ ਪਰ ਇਸ ਦਿਵ ਦੇ ਅਰਥ ਤੁਸੀਂ ਗੁਰਬਾਣੀ ਦੇ ਵਿੱਚੋਂ ਲੱਭੋਗੇ, ਤੇ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਗੁਰੂ ਨਾਨਕ ਸਾਹਿਬ ਪਹਿਲੇ ਪਾਤਸ਼ਾਹ ਸੋਲਟ ਰਾਗ ਦੇ ਵਿੱਚ ਇਹ ਸ਼ਬਦ ਦੇ ਵਿੱਚ ਮਿਲਣਗੇ ਦਿਵ ਦੇ ਅਰਥ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਉ। ਉਹਦੇ ਵਿੱਚੋਂ ਅੱਗੇ ਚੱਲ ਕੇ ਕਹਿੰਦੇ ਨੇ ਦੇਖ ਅਦ੍ਰਿਸ਼ਟ, ਦਿਵ ਦ੍ਰਿਸ਼ਟ ਦੇ ਅਰਥ ਨੇ ਦੇਖ ਅਦ੍ਰਿਸ਼ਟ। ਉਹ ਗੁਰੂ ਦੀ ਕਿਰਪਾ ਵਾਪਰੀ ਹੈ ਜਿਹਦੇ ਨਾਲ ਅਦ੍ਰਿਸ਼ਟ ਨੂੰ ਜੋ ਦਿਖਾਈ ਨਹੀਂ ਦੇ ਰਿਹਾ ਉਹਨੂੰ ਦੇਖਣ ਦੀ ਸਮਰੱਥਾ ਮਿਲ ਗਈ ਹੈ, ਜਿਹਨੂੰ ਇਹ ਦਿਖਾਈ ਪੈਂਦਾ, ਜਿਹਦੇ 'ਤੇ ਕਿਰਪਾ ਵਾਪਰੀ ਹੈ, ਦਿਵ ਦ੍ਰਿਸ਼ਟੀ ਮਿਲੀ ਹੈ। ਦੇਖ ਅਦ੍ਰਿਸ਼ਟ ਜੋ ਸਾਰੇ ਦ੍ਰਿਸ਼ਟਾ ਮਾਨ ਦੇ ਮਗਰ ਹੈ, ਉਹ ਜੋ ਆਮ ਅੱਖਾਂ ਦੇ ਨਾਲ ਚਾਹੇ ਨੇਤਰ ਦੇ ਵਿੱਚ ਸੰਸਾਰ ਦਿਖਾਈ ਦਿਖੇ ਰਿਹਾ ਸੀ, ਅਦ੍ਰਿਸ਼ਟ ਨਹੀਂ ਸੀ ਦਿਖਾਈ ਦੇ ਰਿਹਾ। ਜਿਹਨੂੰ ਦਿਖਾਈ ਪੈਂਦਾ ਅਦ੍ਰਿਸ਼ਟ, ਜਿਹਦੇ ਕੋਲ ਦਿਵ ਦ੍ਰਿਸ਼ਟੀ ਹੁੰਦੀ ਹੈ, ਉਹ ਬਿਸਮਾਰ, ਉਹ ਹੈਰਾਨਗੀ ਦੇ ਵਿੱਚ ਵਿਚਰਦਾ, ਅਸਚਰਜਤਾ ਦੇ ਵਿੱਚ ਵਿਚਰਦਾ, ਉਹਨੂੰ ਦਿਖਾਈ ਪੈਂਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ, ਵੀ ਤੂੰ ਹੀ ਪੈਦਾ ਕਰਨ ਵਾਲਾ ਤੇ ਤੂੰ ਹੀ ਦੁਨੀਆਂ ਦੇ ਵਿੱਚ ਮਾਰਨ ਵਾਲਾ, ਪਾਲਣਾ ਕਰਨ ਵਾਲਾ ਵੀ ਤੂੰ ਹੈ। ਦੋਨੋਂ ਤਰ੍ਹਾਂ ਦੇ ਪੱਖ ਨੇ,
ਤੈਨੂੰ ਮਨੁੱਖਾਂ ਨੂੰ ਸ਼ੱਕ ਪੈਂਦਾ, ਬੜਿਆਂ ਨੂੰ ਵਿਵਾਦ ਜਨਮ ਲੈਂਦੇ ਨੇ, ਪਰ ਜਿਹਦੇ 'ਤੇ ਇੱਕ ਹੈਗੇ ਸ਼ਬਦ ਜੋ ਦ੍ਰਿਸ਼ਟਾ ਮਾਨ ਦੇ ਉੱਪਰ ਹੈ, ਇੱਕ ਅਦ੍ਰਿਸ਼ਟਾ ਦੇ ਉੱਪਰ ਹੈ। ਜੈਸੇ ਪ੍ਰਹਿਲਾਦ ਦੀ ਕਥਾ ਹੈ, ਗੁਰਬਾਣੀ ਦੇ ਕਈ ਸ਼ਬਦ ਨੇ ਉਹਦੇ ਵਿੱਚ, ਗੁਰਬਾਣੀ ਦੇ ਕਈ ਸ਼ਬਦਾਂ ਦੇ ਵਿੱਚ ਉਹਦਾ ਜ਼ਿਕਰ ਹੈ। ਗੁਰੂ ਅਮਰਦਾਸ ਜੀ ਮਹਾਰਾਜ ਕਰਦੇ ਨੇ, ਇੱਕ ਸ਼ਬਦ ਦੇ ਵਿੱਚ ਇਹ ਹੈ ਵੀ ਹਰਨਾਕਸ਼ ਪ੍ਰਹਿਲਾਦ ਨੂੰ ਮਾਰ ਰਹੇ, ਸਾਰਾ ਜ਼ਿਕਰ ਹੈ ਬਚਦਾ ਹੈ ਅੱਗ ਦੇ ਵਿੱਚ ਸਾੜਨ ਦਾ, ਪਹਾੜ ਤੋਂ ਡੇਗਣ ਦਾ। ਹੁਣ ਅਗਲਾ ਸ਼ਬਦ ਹੈ, ਉੱਥੇ ਹਰਨਾਕਸ਼ ਅਤੇ ਪ੍ਰਹਿਲਾਦ ਉਹਨਾਂ ਦਾ ਜੰਗ ਦਿਖਾਈ ਪੈਂਦਾ, ਲੜਾਈ ਦਿਖਾਈ ਪੈਂਦੀ, ਬਿਲਕੁਲ ਉਹਦੀ ਸਮਾਪਤੀ 'ਤੇ ਅਗਲਾ ਸ਼ਬਦ ਉਹ ਦ੍ਰਿਸ਼ਟਮਾਨ ਦਾ ਸ਼ਬਦ ਹੈ, ਉਹਦੇ ਨਾਲ ਫਿਰ ਅਦ੍ਰਿਸ਼ਟਤਾ ਦਾ ਸ਼ਬਦ ਹੈ, ਦਿਵ ਦ੍ਰਿਸ਼ਟੀ ਦਾ ਸ਼ਬਦ ਹੈ। ਉੱਥੇ ਇਹ ਹੈ, ਆਪੇ ਦੈਂਤ ਲਾਏ ਦਿੱਤੇ ਸੰਤ ਜਨਾਂ, ਆਪੇ ਰਾਖਾ ਸੋਈ, ਵੀ ਤੂੰ ਆਪ ਹੀ ਹਰਨਾਕਸ਼ ਨੂੰ ਪੈਦਾ ਕੀਤਾ, ਉਹਨੂੰ ਪ੍ਰਹਿਲਾਦ ਦੇ ਨਾਲ ਲੜਾਇਆ, ਆਪ ਹੀ ਤੂੰ ਪ੍ਰਹਿਲਾਦ ਦੀ ਰੱਖਿਆ ਕੀਤੀ, ਵੀ ਦੋਨਾਂ ਦੇ ਮਗਰ ਤੂੰ ਹੀ ਹੈ, ਦਿਵ ਦ੍ਰਿਸ਼ਟੀ ਵਾਲਾ ਮਨੁੱਖ। ਹੁਣ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੀ ਹੈ, ਦਿਖਾਈ ਇਹ ਵੀ ਪੈਂਦੀ ਹੈ ਵੀ ਜਹਾਂਗੀਰ ਤੋਂ ਸ਼ਹੀਦੀ ਹੋਈ ਹੈ, ਗੁਰੂ ਹਰਗੋਬਿੰਦ ਸਾਹਿਬ ਅਕਾਲ ਤਖ਼ਤ ਵੀ ਰਚਦੇ ਨੇ, ਫੌਜਾਂ ਫੜ ਕੇ ਵੀ ਲਿਆਉਂਦੇ ਨੇ, ਸਜ਼ਾ ਵੀ ਦਿੰਦੇ ਨੇ, ਪਰ ਦੂਜਾ ਅਦ੍ਰਿਸ਼ਟਤਾ ਦਾ ਪੱਖ ਵੀ ਹੈ ਵੀ ਤੇਰਾ ਕੀ ਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮਾਨੈ, ਵੀ ਤੂੰ ਹੀ ਕਰ ਰਹੇ ਹੈ ਸਭ ਕਾਸੇ ਦੇ ਮਗਰ ਤੂੰ ਹੀ ਹੈ। ਇਹਦੇ ਸ਼ਬਦ ਜੋ ਦੋ ਥਾਵਾਂ 'ਤੇ ਦਿੱਤੇ ਨੇ, ਚਮਕੀਲੀ ਵਸਤੂ ਜਾਂ ਗੁਪਤ ਸਥਾਨਾਂ ਨੂੰ ਦੇਖਣ ਵਾਲੀ, ਇੱਕ ਗੁਰੂ ਸਾਹਿਬ ਨੇ ਦਿੱਤੇ ਨੇ ਵੀ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਉਹ ਮਨੁੱਖ ਜਿਹਦੇ 'ਤੇ ਕਿਰਪਾ ਵਾਪਰਦੀ ਹੈ ਉਹ ਬੜੀ ਅਸਚਰਜਤਾ ਦੇ ਵਿੱਚ, ਵੀ ਦੋਨੋਂ ਥਾਵਾਂ 'ਤੇ ਤੂੰ ਹੀ ਹੈ, ਉਹਨੂੰ ਬੜੀ ਹੈਰਾਨਗੀ ਹੁੰਦੀ ਹੈ, ਉਹ ਬਿਸਮਾਦ ਦੇ ਵਿੱਚ ਅਸਚਰਜਤਾ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ, ਰਸ ਦੇ ਵਿੱਚ ਹੈਰਾਨਗੀ ਦੇ ਵਿੱਚ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਾਰ ਹੈ, ਕਹੋ ਨਾਨਕ ਸੰਤਨ ਰਸ ਆਈ ਹੈ, ਜੋ ਚਾਕ ਗੂੰਗਾ ਮੁਸਕਾਰ ਹੈ। ਉਹਦੇ ਅੰਦਰ ਮਨ ਦੇ ਵਿੱਚ ਅਸਚਰਜਤਾ ਹੁੰਦੀ ਹੈ, ਉਹਦੀਆਂ ਅੱਖਾਂ ਦੇ ਵਿੱਚ ਸਾਰੇ ਸਰੀਰ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਖੇੜਾ ਹੁੰਦਾ ਹੈ, ਮੁਸਕਰਾਹਟ ਹੁੰਦੀ ਹੈ। ਉਹ ਬਿਸਮਾਦ ਦੱਸ ਤੇ ਨਹੀਂ ਸਕਦਾ, ਪਰ ਉਹ ਸਾਰੇ ਸਰੀਰ ਉਹਦਾ ਰੋਮ ਰੋਮ ਉਸ ਬਿਸਮਾਦ ਨੂੰ ਪ੍ਰਗਟ ਕਰਦੇ ਨੇ। ਇਹਦੇ ਅਰਥ ਇਹ ਨੇ, ਸਿੱਖ ਜਗਤ ਰੋਜ਼ ਉਹ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਦਾ, ਉਹਦੇ ਵੀ ਜੇ ਤੁਸੀਂ ਅਰਥ ਲੱਭਣ ਜਾਓਗੇ, ਦਰਬਾਰ ਸਾਹਿਬ ਤੋਂ ਕੀਰਤਨ ਹੈ, ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਉਹਦਾ ਕੀਰਤਨ ਹੈ, ਉੱਥੇ ਸੁਣਦਾ ਵਾਇਨ ਜੇ ਇਸ ਤਰ੍ਹਾਂ ਦੇ ਨਾਲ ਹੈ, ਆ ਉਹਦੀ ਰੂਪਰੇਖ ਹੈ ਵਾਇਨ ਜੇ। ਹੁਣ ਉਹ ਸੁਣ ਕੇ ਬੜਾ ਹੈਰਾਨ ਹੁੰਦਾ ਵੀ ਇਹ ਵਾਇਨ ਚੇਲੇ ਕੀ ਹੈ। ਜੇ ਕਿਧਰੇ ਉਹ ਅੰਗਰੇਜ਼ੀ ਜਾਣਦਾ ਹੋਵੇ ਤਾਂ ਹੋ ਸਕਦਾ ਉਹਨੂੰ ਭੁਲੇਖਾ ਵੀ ਲੱਗ ਜਾਏ, ਕਿਉਂਕਿ ਉਹ ਵਾਇਨ ਸ਼ਰਾਬ ਨੂੰ ਕਹਿੰਦੇ ਨੇ, ਵੀ ਵਾਇਨ ਸਾਡੇ ਪੰਜਾਬੀ ਦੇ ਵਿੱਚ ਹੈ, ਔਰ ਉਹ ਇਹ ਦੇਖਦਾ ਵੀ ਇਹ ਸ਼ਬਦ ਅਸੀਂ ਕਦੇ ਵੀ ਨਹੀਂ ਵਰਤਦੇ, ਕਦੇ ਵੀ ਜ਼ਿੰਦਗੀ ਦੇ ਵਿੱਚ ਆਮ ਤੌਰ 'ਤੇ ਉਹ ਵਰਤਦਾ ਨਹੀਂ ਹੈ, ਫਿਰ ਉਹਨੂੰ ਬੜੀ ਹੈਰਾਨਗੀ ਹੁੰਦੀ ਹੈ। ਇਹਦੇ ਅਗਰ ਉਹ ਸ਼ਬਦ ਦੇ ਅਰਥ ਲੱਭਣ ਜਾਏ ਤੇ ਇਹਦੇ ਅਰਥ ਸਿਰਫ ਇਹ ਸੰਖੇਪ ਸ਼ੈਲੀ ਦਾ ਸ਼ਬਦ ਹੈ
ਵੀ ਪੂਰੇ ਸ਼ਬਦ ਨੂੰ ਛੋਟਾ ਕਰਕੇ ਲਿਖਣਾ। ਸੰਖੇਪ ਦਾ ਮਤਲਬ ਸ਼ੋਰਟ, ਜਿਵੇਂ ਕਿ ਅਸੀਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਨੂੰ USA ਲਿਖ ਦਿੰਦੇ ਹਾਂ, ਵੀ ਉਹਨੂੰ ਛੋਟਾ ਕਰਕੇ ਲਿਖ ਦਿਓ, ਸਮਝ ਆ ਜਾਂਦੀ ਹੈ। ਜੇ ਇਸ ਸ਼ਬਦ ਦੇ ਅਰਥ ਸਮਝਣੇ ਨੇ ਤਾਂ ਸਿਰਫ ਇਹਦੇ ਵਿੱਚ ਇੱਕ ਜੱਜਾ ਲਾਉਣ ਦੀ ਲੋੜ ਹੈ। ਅਸੀਂ ਵੀ ਵਰਤਦੇ ਹਾਂ, ਇਹ ਨਹੀਂ ਕਿ ਜਿਹੜੀ ਗੁਰਬਾਣੀ ਦੀ ਸ਼ਬਦ ਨੇ ਇਹ ਉਸ ਸਮੇਂ ਦੀ ਕੋਈ ਇਸ ਤਰ੍ਹਾਂ ਦੀ ਭਾਸ਼ਾ ਸੀਗੀ। ਭਾਸ਼ਾ ਹੁਣ ਵੀ ਉਹੀ ਹੈ, ਪਰ ਗੁਰਬਾਣੀ ਦੇ ਵਿੱਚ ਸੰਖੇਪ ਕਰਕੇ ਲਿਖਿਆ ਗਿਆ। ਜਿਹੜਾ ਸ਼ਬਦ ਅਸੀਂ ਵਰਤਦੇ ਹਾਂ ਉਹ ਹੈ ਬਜਾਏ। ਜੇ ਅਸੀਂ ਇਹਦੇ ਵਿੱਚ ਇੱਕ ਜੱਜਾ ਲਾ ਕੇ ਇਸ ਸ਼ਬਦ ਨੂੰ ਸਮਝਾਂਗੇ ਤਾਂ ਇਹ ਸ਼ਬਦ ਬਣੇਗਾ ਬਜਾਏ ਚੇਲੇ। ਵੀ ਜਿਹੜੇ ਚੇਲੇ ਨੇ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ, ਵਜਾਇਨ ਚੇਲੇ ਨੱਚਣ ਨੂੰ, ਵੀ ਚੇਲੇ ਸਾਜਾਂ ਨੂੰ ਵਜਾਉਂਦੇ ਨੇ। ਵਾਇਨ ਸ਼ਬਦ ਸਾਜ ਦੇ ਨਾਲ, ਵੀ ਸਿਰਫ ਇੱਕ ਅੱਖਰ ਦੇ ਨਾਲ ਅਸੀਂ ਇਹ ਸ਼ਬਦ ਵਰਤਦੇ ਹਾਂ। ਵੀ ਮੈਂ ਹਾਰਮੋਨੀਅਮ ਵਜਾ ਰਿਹਾ, ਫਲਾਨਾ ਡਰਮ ਵਜਾ ਰਿਹਾ, ਕੋਈ ਸਾਜ ਵਜਾ ਰਿਹਾ, ਮੈਂ ਵਜਾ ਰਿਹਾ, ਫਲਾਨਾ ਵਜਾ ਰਿਹਾ, ਅਸੀਂ ਇੱਕ ਸ਼ਬਦ ਦੇ ਨਾਲ ਇਹ ਜਿਹੜਾ ਸ਼ਬਦ ਹੈ ਇੱਕ ਸ਼ਬਦ ਦੇ ਨਾਲ ਹੀ ਸਪਸ਼ਟ ਹੋ ਜਾਏਗਾ। ਵੀ ਵਜਾਇਆਂ ਦੇ ਨਾਲ ਜੱਜਾ ਲਾਉਂਦੇ ਹਾਂ ਉਂਝ, ਜੇ ਤੁਸੀਂ ਉਹਦੇ ਨਾਲ ਪਤਾ ਚੱਲਦਾ ਵੀ ਇਹ ਵਜਾਉਣ ਦੀ ਗੱਲ ਹੈ। ਗੁਰਬਾਣੀ ਦੇ ਜਿਹੜੇ ਸ਼ਬਦ ਨੇ ਉਹ ਇਸ ਤਰ੍ਹਾਂ ਦੇ ਨਾਲ ਨੇ। ਫਿਰ ਇੱਕ ਹੋਰ ਸ਼ਬਦ ਹੈ ਉਪੱਠੀ, ਆਸਾ ਦੀ ਵਾਰ ਦੇ ਵਿੱਚ ਅਕਸਰ ਮਨੁੱਖ ਪੜ੍ਹਦਾ ਉਹਦੇ ਅਰਥ ਜੋ ਗੁਰਬਾਣੀ ਦੇ ਅਨੁਸਾਰ ਨੇ ਉਹ ਇਸ ਤਰ੍ਹਾਂ ਦੇ ਨਾਲ ਹੈ ਉਪੱਠੀ। ਹੁਣ ਇਹਦੇ ਅਰਥ ਨਦਰ ਉਪੱਠੀ ਜੇਕਰ ਇਹ ਸੁਲਤਾਨਾ ਕਹੋ ਕਰਾਏ ਦਾ ਯਾਦ ਹੈ ਸੰਗਤਾਂ ਨੂੰ, ਪ੍ਰੋਫੈਸਰ ਸਾਹਿਬ ਸਿੰਘ ਵੀ ਹੈ, ਭਾਈ ਕਾਨ ਸਿੰਘ ਲਾਂਬਾ ਵੀ ਹੈ, ਉਹਨਾਂ ਦੋਨਾਂ ਦੇ ਅਰਥ ਇੱਕੋ ਹੀ ਨੇ। ਜੋ ਭਾਈ ਕਾਨ ਸਿੰਘ ਨਾਭਾ ਨੇ ਕੀਤੇ ਨੇ ਉਹੀ ਪ੍ਰੋਫੈਸਰ ਸਾਹਿਬ ਸਿੰਘ ਨੇ ਕੀਤੇ ਨੇ, ਉਹਦੇ ਅਰਥ ਉਹਨਾਂ ਨੇ ਕੀਤੇ ਨੇ ਉਲਟੀ ਉਪੱਠੀ ਨੇ, ਠੀਕ ਨੇ। ਪਰ ਜੇ ਤੁਸੀਂ ਗੁਰਬਾਣੀ ਦੀ ਬਿਲਕੁਲ ਸਟੀਕ ਅਰਥ ਸਮਝਣੇ ਨੇ ਸੁਣਨੇ ਨੇ ਫਿਰ ਇਹ ਗੁਰਮਤਿ ਦੇ ਨਾਲ ਮੇਲ ਨਹੀਂ ਖਾਂਦੇ, ਭਾਵ ਅਰਥ ਦੇ ਤੌਰ 'ਤੇ ਠੀਕ ਨੇ। ਉਪੱਠੀ ਦੇ ਅਰਥ ਨੇ ਗੁਰਬਾਣੀ ਦੇ ਅਨੁਸਾਰ ਜੋ ਸ਼ਬਦ ਦੇ ਚਾਲ ਦੇ ਵਿੱਚ ਹੈ, ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏ, ਆਪੇ ਦੀ ਵਡਿਆਈਆਂ ਆਪੇ ਹੀ ਕਰਮ ਕਰਾਏਗਾ, ਵੱਡੋ ਵੱਡਾ ਵੱਡ ਮੇਦਨੀ ਸਿਰੈ ਸਿਰ ਧੰਦੈ ਲਾਏਗਾ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਹੋ ਕਰਾਏ। ਗੁਰੂ ਸਾਹਿਬ ਕਹਿ ਰਹੇ ਨੇ ਸਾਰੀ ਸਾਰੇ ਉਹਦੀਆਂ ਨਿਗਾਹਾਂ ਦੇ ਥੱਲੇ ਨੇ। ਜਿਹੜੇ ਵੀ ਮਨੁੱਖ ਤੋਂ ਉਹ ਨਿਗਾਹ ਉੱਪਰ ਨੂੰ ਉਠਾ ਲੈਂਦਾ, ਉੱਪਰ ਜਮਾ ਉੱਠੀ ਇਹ ਸ਼ਬਦ, ਇਹ ਦੋ ਦੇ ਮੇਲ ਤੋਂ ਸ਼ਬਦ ਬਣਿਆ ਉਪੱਠੀ। ਉੱਪਰ ਉੱਠੀ ਤੇ ਊੜਾ ਲਿਆ, ਉੱਪਰ ਉੱਠੀ ਤੋਂ ਠੱਠਾ ਲੈ ਕੇ ਇਸ ਤਰ੍ਹਾਂ ਦੇ ਨਾਲ ਸ਼ਬਦ ਬਣਾਏ ਗਏ, ਠੀਕ ਹੈ। ਵੀ ਨਿਵਾਣ ਦੇ ਉਹ ਉਲਟ ਚਲਾ ਗਏ, ਪਰ ਜੇ ਤੁਸੀਂ ਪੂਰਾ ਦੇਖੋਗੇ ਤਾਂ ਇਹ ਬਣਦਾ ਹੈ ਉੱਪਰ ਉੱਠੀ। ਪਹਿਲਾਂ ਨਜ਼ਰਾਂ ਦੇ ਹੇਠ ਸੀ, ਹੁਣ ਨਜ਼ਰਾਂ ਨੂੰ ਉਹਨੇ ਉੱਪਰ ਉਠਾ ਲਿਆ। ਵੀ ਜੇ ਤੇਰੇ ਤੋਂ ਨਜ਼ਰਾਂ ਪਰਮਾਤਮਾ ਨੇ ਉੱਪਰ ਨੂੰ ਚੁੱਕ ਲਈਆਂ ਸੁਲਤਾਨਾ ਕਹੋ ਕਰਾਏ, ਫਿਰ ਜਿਹੜੇ ਸੁਲਤਾਨ ਨੇ
ਅਸੀਂ ਦੇਖਦੇ ਹਾਂ ਜਗਤ ਦੇ ਵਿੱਚ ਬੜੇ ਬਾਦਸ਼ਾਹ, ਬੜੇ ਅਮੀਰ ਜ਼ਿੰਦਗੀ ਦੇ ਵਿੱਚ ਕਈ ਵਾਰ ਉਹ ਗਰੀਬ ਹੋ ਜਾਂਦੇ ਨੇ, ਔਰ ਇੰਨੀ ਉਹਨਾਂ ਦੀ ਮੁਫਲਸੀ ਗਰੀਬੀ ਹੋ ਜਾਂਦੀ ਹੈ, ਦਰ ਮੰਗਣ ਭਿੱਖ ਨਾ ਪਾਏ, ਉਹਨਾਂ ਨੂੰ ਦਰਾਂ ਦੇ ਉੱਪਰ ਫਿਰਨਾ ਪੈਂਦਾ, ਭਿੱਖਿਆ ਮੰਗਦੇ ਨੇ ਉਹ, ਔਰ ਉਹਨਾਂ ਨੂੰ ਕੋਈ ਭੀਖ ਵੀ ਨਹੀਂ ਦਿੰਦਾ। ਇਹਨੂੰ ਕਹਿੰਦੇ ਨੇ ਉਪੱਠੀ, ਵੀ ਉਹਨੇ ਨਜ਼ਰਾਂ ਇਸ ਮਨੁੱਖ ਤੋਂ ਉੱਪਰ ਨੂੰ ਚੁੱਕ ਲਈਆਂ ਨੇ। ਸ਼ਬਦ ਆਪ ਹੀ ਆਪਣੀ ਵਿਆਖਿਆ ਕਰਦੇ ਨੇ। ਹੁਣ ਇੱਕ ਹੋਰ ਸ਼ਬਦ ਹੈ ਆਸਾ ਕੀ ਵਾਰ ਦੇ ਵਿੱਚ, ਔਰ ਅਸੀਂ ਆਮ ਜਿਹੜੀ ਯੰਗ ਜਨਰੇਸ਼ਨ ਹੈ ਉਹ ਇਸ ਸ਼ਬਦ ਤੋਂ ਬੜੀ ਵਾਕਫ ਹੁੰਦੀ ਹੈ। ਸ਼ਬਦ ਹੈ ਆਸ਼ਕੀ, ਇਹਦਾ ਗੁਰਬਾਣੀ ਦੇ ਵਿੱਚ ਵੀ ਜ਼ਿਕਰ ਹੈ, ਪਰ ਉਹ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਇੱਕ ਦੂਜੇ ਵੱਲ ਪ੍ਰਭਾਵਿਤ ਹੋਣ ਨੂੰ ਜਾਂ ਦੂਜੇ ਨੂੰ ਪ੍ਰਭਾਵਿਤ ਕਰਨ ਨੂੰ ਹੀ ਆਸ਼ਕੀ ਕਹਿੰਦੇ ਨੇ। ਆਸ਼ਕੀ ਦਾ ਸ਼ਬਦ ਦਾ ਜਿਹੜਾ ਅਰਥ ਹੈ ਉਹ ਗੁਰੂ ਸਾਹਿਬਾਨ ਨੇ ਆਪ ਬਾਣੀ ਦੇ ਵਿੱਚ ਅੱਗੇ ਚਨਾਣ ਕੀਤਾ। ਉਹ ਆਖਦੇ ਨੇ ਏਕ ਨਹੀਂ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀ ਹੈ ਸਦ ਹੀ ਰਹੇ ਸਮਾਏ। ਆਸ਼ਕੀ ਦੇ ਅਰਥ ਨੇ ਆਸ ਇੱਕ ਦੀ, ਇਹ ਜਿਹੜੀ ਇਹ ਆਸ ਇੱਕਾ ਇੱਕ ਦੀ ਜਿਹੜੇ ਭਗਤ ਨੇ ਉਹ ਵੀ ਆਸ਼ਕ ਹੁੰਦੇ ਨੇ, ਪਰ ਉਹਨਾਂ ਉਹ ਮਨੁੱਖ ਆਸ਼ਕ ਹੈ ਜਿਹਨੇ ਆਪਣੀ ਆਸ ਕੇਵਲ ਇੱਕ ਤੋਂ ਰੱਖੀ ਹੈ। ਏਕ ਨਹੀਂ ਆਸ਼ਕੀ ਦੂਜੇ ਲੱਗਿਆ ਜਾਏ, ਵੀ ਉਹ ਵਿਅਕਤੀ ਆਸ਼ਕ ਨਹੀਂ ਹੁੰਦਾ ਜਿਹੜਾ ਦੂਸਰੇ ਤੇ ਚਲਾ ਜਾਏ। ਨਾਨਕ ਆਸ਼ਕ ਕਾਂਢੀ ਹੈ ਸਦ ਹੀ ਰਹੇ ਸਮਾਏ, ਚੰਗੇ ਚੰਗਾ ਕਰਮਨ ਹੈ ਮੰਦੇ ਮੰਦਾ ਹੋਏ, ਚਾਹੇ ਸਾਹਮਣੇ ਵਾਲੇ ਤੋਂ ਚੰਗਾ ਮਿਲ ਰਿਹਾ ਸਮਾਂ ਪਾ ਕੇ ਉਹ ਮਾੜਾ ਕਰ ਰਹੇ, ਦੁੱਖ ਦੇ ਰਿਹਾ ਚਾਹੇ ਸੁੱਖ ਦੇ ਰਿਹਾ, ਉਹਦੀ ਆਸ ਇੱਕੋ ਤੋਂ ਹੀ ਹੈ। ਉਹ ਦੁੱਖਾਂ ਦੇ ਕਰਕੇ ਉਹਨੂੰ ਛੱਡਦਾ ਨਹੀਂ ਹੈ, ਸੁੱਖਾਂ ਦੇ ਕਰਕੇ ਤੇ ਛੱਡਣਾ ਕੀ ਹੈ। ਨਾਨਕ ਆਸ਼ਕ ਕਾਂਢੀ ਹੈ ਸਦ ਹੀ ਰਹੇ ਸਮਾਏ, ਆਸ਼ਕੀ ਦੇ ਅਰਥ ਨੇ ਆਸ ਇੱਕ ਦੀ। ਹੁਣ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਸੰਸਾਰਿਕ ਆਸ਼ਕਾਂ ਦਾ ਵੀ ਜ਼ਿਕਰ ਹੈ। ਲੈਲਾ ਮਜਨੂੰ ਆਸ਼ਕੀ ਚਉ ਚੱਕੀ ਜਾਤੀ, ਸੋਲਟ ਬੀਜਾ ਗਾਵੀ ਹੈ ਜਾਂ ਸੋਹੜਾ ਵਾਤੀ, ਆਸਾ ਕੀ ਵਾਰ ਦੇ ਵਿੱਚ ਇਹਦਾ ਜ਼ਿਕਰ ਹੈ। ਉਸ ਮਨੁੱਖ ਨੂੰ ਆਪਣੇ ਆਪ ਨੂੰ ਆਸ਼ਕ ਸਮਝਣਾ ਚਾਹੀਦਾ ਹੈ ਜਿਹਦਾ ਧਿਆਨ ਕੇਵਲ ਇੱਕੋ ਤੇ ਹੈ, ਸੁੱਖ ਦੁੱਖ ਦੇ ਵਿੱਚ ਵੀ। ਇਹ ਨਹੀਂ ਕਿ ਜੇ ਉਹਦੇ ਉਹਨੇ ਕੋਈ ਦੁੱਖ ਦੀ ਗੱਲ ਕੀਤੀ ਉਹ ਬਦਲ ਗਿਆ, ਫਿਰ ਵੀ ਉਹਦੇ ਤੇ। ਇਸ ਵਾਸਤੇ ਇਹਦਾ ਜੇ ਤੁਸੀਂ ਸੰਧੀ ਛੇਦ ਕਰੋਗੇ ਤਾਂ ਆਸ ਇੱਕ ਦੀ, ਇਹ ਉਹ ਮਨੁੱਖ ਦੀ ਗੱਲ ਹੈ। ਆਸ਼ਕੀ ਦੇ ਅਰਥ ਨੇ ਜਿਹਦੇ ਅੰਦਰ ਇੱਕ ਦੀ ਆਸ ਹੈ, ਧਿਆਨ ਜਿਹਦਾ ਹਰ ਸਮੇਂ ਇੱਕੋ ਤੇ ਹੀ ਹੈ। ਜੇ ਸੁੱਖ ਮਿਲਦੇ ਨੇ ਪਰਮਾਤਮਾ ਤੋਂ ਚਾਹੇ ਜੀਵਨ ਦੁੱਖਾਂ ਦੇ ਵਿੱਚ ਬਤੀਤ ਹੋ ਰਿਹਾ, ਉਹ ਸੁੱਖਾਂ ਦੇ ਵਿੱਚ ਵੀ ਸ਼ੁਕਰਾਨਾ ਕਰਦਾ, ਦੁੱਖਾਂ ਦੇ ਵਿੱਚ ਵੀ ਸ਼ੁਕਰਾਨਾ ਕਰਦਾ। ਸੁੱਖ ਦੁੱਖ ਪ੍ਰਭ ਦੇਵਨਹਾਰ, ਵੀ ਸੁੱਖ ਵੀ ਪਰਮਾਤਮਾ ਦੇ ਰਿਹਾ ਤੇ ਦੁੱਖ ਵੀ ਉਸੇ ਨੇ ਬਣਾਏ ਨੇ। ਹੁਣ ਜਵਾਨੀ ਵੀ ਉਸੇ ਨੇ ਬਣਾਈ ਹੈ, ਬੁਢੇਪਾ ਵੀ ਉਸੇ ਨੇ ਬਣਾਇਆ,
ਜਿਹੜਾ ਜਵਾਨੀ ਤੇ ਬੁਢੇਪੇ ਦੇ ਵਿੱਚ ਆਪਣਾ ਧਿਆਨ ਇੱਕ ਤੇ ਲਾ ਕੇ ਰੱਖਦਾ, ਜਨਮ ਤੇ ਮਰਨ ਦੇ ਵਿੱਚ ਵੀ ਦੋਨੋਂ ਚੀਜ਼ਾਂ ਇੱਕੋ ਤੋਂ ਜਾਣਦਾ, ਉਹ ਅਸਲ ਦੇ ਵਿੱਚ ਆਸ਼ਕ ਹੈ। ਇਸ ਵਾਸਤੇ ਪੜ੍ਹਦੇ ਰਹਿੰਦਾ ਮਨੁੱਖ ਆਸ਼ਕੀ, ਪਰ ਇਹਦੇ ਅਰਥ ਨੇ ਆਸ ਇੱਕ ਦੀ, ਜਿਹਦੇ ਅੰਦਰ ਇੱਕੋ ਮਨੁੱਖ ਦੀ ਆਸ ਹੈ, ਇੱਕ ਮਨੁੱਖ ਦੀ ਆਸ ਹੈ। ਫਿਰ ਇੱਕ ਹੋਰ ਸ਼ਬਦ ਹੈ ਆਸ਼ਕੀ ਦੇ ਨਾਲ ਦਾ ਮੇਲ ਖਾਂਦਾ, ਅਸੂਣੀ। ਬਾਬਾ ਫਰੀਦ ਦੇ ਸਲੋਕਾਂ ਦੇ ਵਿੱਚ ਹੈ ਅਸੂਣੀ, ਜਿਹੜੇ ਮਨੁੱਖਾਂ ਨੇ ਉਹਨਾਂ ਦੇ ਸਲੋਕ ਪੜ੍ਹੇ ਨੇ, ਗੁਰਬਾਣੀ ਸੁਣੀ ਹੈ, ਉਹਨਾਂ ਦੇ ਸਲੋਕਾਂ ਦੇ ਵਿੱਚ ਹੈ ਆਇਓ ਬੰਦਾ ਦੁਨੀ ਵਿੱਚ ਵੱਧ ਅਸੂਣੀ ਬਣ। ਹੁਣ ਇਹ ਸ਼ਬਦ ਜਿੰਨੇ ਵੀ ਸ਼ਬਦ ਨੇ ਸਾਰੇ ਦੋ ਦੋ ਸ਼ਬਦਾਂ ਦੇ ਜੋੜ ਨੇ, ਇਸ ਸ਼ਬਦ ਦੇ ਅਰਥ ਨੇ ਆਸ ਊਣੀ ਊਣੀ ਵੀ। ਉਂਝ ਜਿਹੜਾ ਵੀ ਬੰਦਾ ਆਇਆ ਹੈ, ਹਰੇਕ ਬੰਦੇ ਦੇ ਅੰਦਰ ਇੱਛਾਵਾਂ ਨੇ, ਕਾਮਨਾਵਾਂ ਨੇ, ਉਹਦੀਆਂ ਮੰਗਾਂ ਨੇ, ਔਰ ਜਿੰਨਾ ਵੀ ਕੁਝ ਉਹਨੂੰ ਮਿਲ ਜਾਵੇ ਪਰਮਾਤਮਾ ਤੋਂ ਬਿਨਾਂ, ਆਸ ਦਾ ਸੁਭਾਅ ਇਹੀ ਹੈ ਵੀ ਇਹ ਊਣੀ ਦੀ ਊਣੀ ਬਣੀ ਰਹਿੰਦੀ ਹੈ। ਜਿੰਨਾ ਮਿਲ ਜਾਏ ਜੇ ਸਹਿਜ ਕੱਟੇ ਲੱਖ ਉੱਠਤਾ ਹੋਵੇ, ਜੇ ਹਜ਼ਾਰਾਂ ਮਿਲੇ ਨੇ ਫਿਰ ਉਹ ਕਹਿੰਦਾ ਲੱਖਾਂ ਹੋਣ, ਜੇ ਲੱਖਾਂ ਮਿਲੇ ਨੇ ਕਰੋੜਾਂ ਹੋਣ, ਕਰੋੜਾਂ ਮਿਲੇ ਨੇ ਅਰਬਾਂ ਖਰਬਾਂ, ਵੀ ਚਾਹੇ ਜਿੰਨਾ ਮਰਜ਼ੀ ਕੁਛ ਮਿਲ ਜਾਏ ਉਹ ਭਰਦਾ ਹੀ ਨਹੀਂ, ਰਜਦਾ ਹੀ ਨਹੀਂ ਕਦੇ, ਨਾ ਇਹਦੇ ਇੰਦਰੇ ਦਸ ਰਜਦੇ ਨੇ, ਅੱਖਾਂ ਨਹੀਂ ਰਜਦੀਆਂ ਦੇਖ ਦੇਖ ਕੇ, ਕੰਨ ਨਹੀਂ ਰਜਦੇ ਸੁਣ ਸੁਣ ਕੇ, ਰਜ ਨਾ ਕੋਈ ਜੀਵ ਆ ਕੂੜੇ ਪਰਵਾਸੇ। ਮਨੁੱਖ ਨੂੰ ਲੱਗਦਾ ਤੇ ਹੈ ਫਲਾਨਾ ਰਾਜ ਹੈ, ਬੜੇ ਵੱਡੇ ਰਾਜਿਆਂ ਦਾ ਜ਼ਿਕਰ ਹੈ, ਪਰ ਜਿਹੜਾ ਆਮ ਸੰਸਾਰਿਕ ਬੰਦਾ ਹੈ ਕਿਸੇ ਵੀ ਸਮੇਂ ਦੇ ਵਿੱਚ ਹੋਇਆ ਹੈ, ਉਹਦੀ ਆਸ ਊਣੀ ਦੀ ਊਣੀ ਰਹਿੰਦੀ ਹੈ, ਕਦੇ ਵੀ ਭਰਤੀ ਨਹੀਂ। ਇਸ ਵਾਸਤੇ ਆਸੂਣੀ ਦੇ ਅਰਥ ਨੇ ਆਸ ਊਣੀ। ਇੱਕ ਸ਼ਬਦ ਹੈ ਆਸਾ ਦੀ ਰਾਗ ਦੇ ਵਿੱਚ ਅਣਾਇਆ, ਜਦ ਉਹ ਜਨੇਊ ਦਾ ਜ਼ਿਕਰ ਕਰਦੇ ਨੇ ਜੋ ਸਨਾਤਨ ਮਤ ਦੀ ਮਰਿਆਦਾ, ਫਿਰ ਪੂਰਨ ਜਨੇਊ ਬਾਰੇ ਦੱਸਦੇ ਨੇ, ਉੱਥੇ ਜ਼ਿਕਰ ਹੈ ਵੀ ਚੌਕੜ ਮੁੱਲ ਅਣਾਇਆ, ਵੀ ਚਾਰ ਕੌੜੀਆਂ ਦੇ ਕੇ ਜਿਹੜਾ ਜਨੇਊ ਹੈ ਉਹ ਅਣਾਇਆ। ਅਣਾਏ ਦੇ ਅਰਥ ਨੇ ਅਣਮੰਗਵਾਇਆ। ਹੁਣ ਅਸੀਂ ਇਹ ਸ਼ਬਦ ਨਹੀਂ ਵਰਤਦੇ, ਅਸੀਂ ਕਹਿੰਦੇ ਵੀ ਤੂੰ ਲਿਆ ਜਾਂ ਫਲਾਣੇ ਨੇ ਲਿਆਂਦਾ, ਗੁਰੂ ਸਾਹਿਬ ਸ਼ਬਦ ਵਰਤਦੇ ਨੇ ਅਣਾਇਆ, ਅਣਮੰਗਵਾਇਆ। ਉਹ ਚੀਜ਼ ਅਣਾਈ ਹੈ ਜੋ ਚਾਰ ਕੌਡੀਆਂ ਦੇ ਕੇ ਲਿਆਂਦਾ ਤੇ ਹੈ ਜਨੇਊ, ਪਰ ਦੂਸਰੇ ਨੇ ਲਿਆਂਦਾ, ਉਹਨੂੰ ਪੈਸੇ ਦਿੱਤੇ ਗਏ ਨੇ, ਉਹਨੂੰ ਦੱਸਿਆ ਗਿਆ ਵੀ ਆਹ ਲੈ ਕੇ ਆਉਣਾ, ਫਿਰ ਉਹ ਚੀਜ਼ ਉਹ ਲੈ ਕੇ ਆਇਆ। ਉਹ ਸ਼ਬਦ ਹੈ ਅਣਾਇਆ, ਅਣਮੰਗਵਾਇਆ, ਵੀ ਕਿਸੇ ਦੂਸਰੇ ਬੰਦੇ ਨੇ ਲਿਆ ਕੇ ਦਿੱਤਾ। ਸਾਨੂੰ ਇਹ ਲੱਗਦਾ ਵੀ ਜਿਹੜੀ ਉਹ ਮਨੁੱਖ ਸੁਣ ਲੈਂਦਾ, ਸ਼ਬਦਾਂ ਨੂੰ ਕੰਠ ਕਰ ਲੈਂਦਾ, ਪਰ ਉਹਦੀ ਗਹਿਰਾਈ ਦੇ ਵਿੱਚ ਨਹੀਂ ਉਤਰਦਾ ਵੀ ਜਿਹੜਾ ਇਹ ਸ਼ਬਦ ਹੈ ਦੋ ਸ਼ਬਦਾਂ ਦਾ ਜੋੜ ਹੈ, ਅਸੀਂ ਵੀ ਇਹ ਵਰਤਦੇ ਹਾਂ
ਅਸੀਂ ਇਸੇ ਭਾਸ਼ਾ ਦੇ ਵਿੱਚ ਹੀ ਵਰਤਦੇ ਹਾਂ ਵੀ ਦੂਸਰੇ ਤੋਂ ਮੰਗਵਾਇਆ ਉਹ ਲੈ ਕੇ ਆਇਆ। ਚੌਕੜ ਮੁੱਲ ਅਣਾਇਆ, ਉੱਥੇ ਮਹਾਰਾਜ ਅਣਾਇਆ ਵਰਤਦੇ ਨੇ, ਇਹ ਗੁਰੂ ਸਾਹਿਬਾਨਾਂ ਦੀ ਸ਼ੈਲੀ ਹੈ, ਗੁਰਬਾਣੀ ਦੀ ਸ਼ੈਲੀ ਹੈ। ਔਰ ਕਰੀਬ ਕਰੀਬ ਸਾਰੇ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦੀ ਸ਼ੈਲੀ ਇਹੀ ਹੈ ਸੰਖੇਪ। ਔਰ ਮਨੁੱਖਾਂ ਦਾ ਇਹ ਮੰਨਣਾ ਵੀ ਜਿੰਨਾ ਮਨੁੱਖ ਸਿਆਣਾ ਹੁੰਦਾ ਉਹਨਾਂ ਸ਼ੋਰਟ ਹੋ ਜਾਂਦਾ, ਸੰਖੇਪ ਹੋ ਜਾਂਦਾ। ਸੰਖੇਪਤਾ ਸਿਆਣਪ ਦੀ ਨਿਸ਼ਾਨੀ ਹੈ। ਜਿੰਨੇ ਮਨੁੱਖ ਸਿਆਣੇ ਹੁੰਦੇ ਨੇ ਉਹ ਕਹਿੰਦੇ ਨੇ ਵੀ ਐਡੇ ਵੱਡੇ ਨੂੰ ਕਹਿਣ ਦੀ ਲੋੜ ਕੀ ਹੈ, ਵੀ ਛੋਟੇ ਦੇ ਨਾਲ ਵੀ ਕੰਮ ਚੱਲਦਾ ਹੈ। ਛੋਟੇ ਨੂੰ ਸਮਝਦੇ ਨੇ ਮਨੁੱਖ, ਉਹ ਸੰਖੇਪ ਹੋ ਜਾਂਦੇ ਨੇ। ਇਸ ਵਾਸਤੇ ਚੌਕੜ ਮੁੱਲ ਅਣਾਇਆ, ਚਾਰ ਕੌਡੀਆਂ ਦੇ ਨਾਲ ਇਹ ਅਣਾਇਆ। ਫਿਰ ਇੱਕ ਸ਼ਬਦ ਹੈ ਆਦ। ਅਸੀਂ ਉਹ ਮੁਹਾਵਰਿਆਂ ਦੇ ਵਿੱਚ ਵੀ ਵਰਤਦੇ ਹਾਂ, ਗੁਰਬਾਣੀ ਦਾ ਸ਼ਬਦ ਹੈ ਦੱਖਣੀ ਹੋਣ ਕਰਦਾ। ਆਦ ਹੋਏ ਤਾਂ ਮੁਗਧ ਸਿਆਣਾ, ਵੀ ਜੇ ਆਦ ਹੋਵੇ ਤਾਂ ਮੂਰਖ ਸਿਆਣੇ ਨੇ। ਹੁਣ ਜੇ ਅਸੀਂ ਜਿਹੜੇ ਮਨੁੱਖ ਸ਼ਬਦ ਵਰਤਦੇ ਨੇ ਉਹ ਵਰਤਦੇ ਨੇ ਵੀ ਕਮਲਿਆਂ ਦੇ ਘਰ ਦਾਣੇ, ਜਿਨ੍ਹਾਂ ਦੇ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ, ਉਸੇ ਸ਼ਬਦ ਨੂੰ ਉੱਥੇ ਮਹਾਰਾਜ ਨੇ ਸ਼ਬਦ ਵਰਤਿਆ ਆਦ। ਹੁਣ ਜੇ ਤੁਸੀਂ ਇਹਦੇ ਅਰਥ ਲੱਭਣ ਜਾਓਗੇ ਤਾਂ ਕੋਈ ਵੀ ਅਰਥ ਨਹੀਂ ਲੱਭਦਾ। ਤਿੰਨ ਵਾਰ ਇਹ ਸ਼ਬਦ ਹੈ, ਆਤ ਸੈਲ ਆਤ ਦੇਖ ਨਿਵੈ ਜਿਸ ਦੋਏ, ਆਤ ਸੈਲ ਨੀਚ ਕਰ ਹੋਏ, ਆਤ ਹੋਏ ਤਾਂ ਮੁਗਧ ਸਿਆਣਾ। ਹੁਣ ਇਹਦੇ ਜਿਹੜੇ ਸ਼ਬਦ ਨੇ ਆਹ ਦੋਨੋਂ ਇਹ ਵੱਖਰੇ ਵੱਖਰੇ ਨੇ। ਆਹ ਹੈਗਾ ਮਾਇਆ ਦਾ, ਵੀ ਮਾਇਆ ਇਹ ਜਮਾ ਹੈਗਾ ਸਥਿਤ ਦਾ। ਇੱਥੋਂ ਅਗਰ ਇਹਦੇ ਵਿੱਚੋਂ ਆਪਾਂ ਇਹ ਚਾਰ ਚੀਜ਼ਾਂ ਕੱਢ ਦਈਏ ਤਾਂ ਆ ਤੇ ਆ ਚੀਜ਼ ਆਦ ਬਣ ਜਾਂਦਾ, ਆ ਆਦ ਹੈ। ਉਹ ਇਹ ਹੈ ਵੀ ਜਿਹਦੇ ਘਰੇ ਵੀ ਮਾਇਆ ਸਥਿਤ ਹੈ, ਜਿਸਦੇ ਘਰ ਦੇ ਵਿੱਚ ਵੀ ਦੌਲਤ ਹੈ, ਉਹ ਦੌਲਤ ਨੂੰ ਦੇਖ ਕੇ ਗਰੀਬ ਅਮੀਰ ਪੜ੍ਹੇ ਅਨਪੜ੍ਹ ਸੁੰਦਰਤਾ ਵਾਲੇ ਕਰੂਪ ਸਾਰੇ ਉਹਨੂੰ ਨਮਸਕਾਰਾਂ ਕਰਦੇ। ਜਿਹਦੇ ਘਰੇ ਸੰਸਾਰਿਕ ਦੌਲਤ ਹੈ ਉਹਦੇ ਅੱਗੇ ਸਾਰੇ ਨਿਭਦੇ ਨੇ, ਉਹਨੂੰ ਨਮਸਕਾਰਾਂ ਕਰਦੇ ਨੇ, ਉਹਨੂੰ ਮਹਾਨ ਸਮਝਦੇ ਨੇ। ਇਹ ਹੈ ਆਤ ਦੇ ਅਰਥ, ਵੀ ਮਾਇਆ ਸਥਿਤ ਜਿਹਦੇ ਕੋਲੇ ਨਾਮ ਦੀ ਦੌਲਤ ਸਥਿਤ ਹੈ, ਜਿਹਦੇ ਕੋਲੇ ਨਾਮ ਦੀ ਆਤ ਹੈ, ਉਹਨੂੰ ਵੀ ਦੇਖ ਕੇ ਭਗਤ ਨੂੰ ਦੇਖ ਕੇ ਅਨਪੜ੍ਹ ਪੜ੍ਹੇ ਲਿਖੇ ਸਾਰੇ ਉਹਦੇ ਅੱਗੇ ਝੁਕਦੇ ਨੇ। ਇਹ ਜਿਹੜਾ ਸ਼ਬਦ ਹੈ ਇਹ ਦੋ ਸ਼ਬਦਾਂ ਦਾ ਜੋੜ ਹੈ, ਜਿਵੇਂ ਦੀ ਸਾਰੇ ਸ਼ਬਦ ਅਣਾਇਆ ਸ਼ਬਦ ਹੈ, ਆਦ ਸ਼ਬਦ ਹੈ, ਆਸੋਣੀ ਸ਼ਬਦ ਹੈ, ਇਹ ਸ਼ਬਦ ਵੀ ਦੋ ਸ਼ਬਦਾਂ ਦਾ ਜੋੜ ਹੈ। ਇਹ ਜਿੰਨੇ ਵੀ ਸ਼ਬਦਾਂ ਦੀ ਅਸੀਂ ਆਪਾਂ ਤੁਹਾਨੂੰ ਦੱਸਿਆ ਸਾਰੇ ਗੁਰਮਤ ਦੇ ਨੇ ਔਰ ਦੋ ਦੋ ਦੇ ਜੋੜ ਨੇ। ਇੱਥੇ ਹੀ ਅਸੀਂ ਅੱਖਰ ਕਾ ਭਿਓ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਉਮੀਦ ਕਰਦੇ ਹਾਂ ਆਵਾਜ਼ੇ ਕੌਮ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ, ਬੜੀ ਗਹਿਰਾਈ ਦੇ ਨਾਲ ਸੁਣ ਕੇ ਇਸ ਪ੍ਰੋਗਰਾਮ ਤੋਂ ਲਾਭਾ ਲੈਣਗੇ। ਅੱਗੋਂ ਵੀ ਹਰ ਹਫ਼ਤੇ ਅਸੀਂ ਤੁਹਾਡੇ ਸਾਹਮਣੇ ਨਵੇਂ ਗੁਰਬਾਣੀ ਦੇ ਸ਼ਬਦ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਦਿਓ ਇਜਾਜ਼ਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।